ਜੀ ਤੇ ਦਾੜੀ ਮੇਰੀ। ਮੈਂ ਕਿਹਾ ਜੀ ਤੁਸੀਂ ਨੀਅਤ ਕਰ ਲਓ, ਇਹ ਭੋਰੀ ਵੀ ਠੀਕ ਲੱਗੇਗੀ ਤੁਹਾਨੂੰ। ਕਹਿੰਦੇ ਅੱਛਾ ਜੀ। ਮੈਂ ਕਿਹਾ ਜੀ, ਕਹਿੰਦੇ ਜੀ ਸਕਾਮ ਵਾਲੇ ਮੈਨੂੰ ਕਿਹਾ ਦਾੜੀ ਰੱਖੋ ਅਤੇ ਮੈਂ ਹੁਣ ਹਜ਼ੂਰ ਸੈਰ ਕਰਨ ਜਾਣਾ, ਸਵੇਰੇ ਨਮਾਜ਼ ਤੁਹਾਡੇ ਕੋਲ ਪੜ੍ਹਦਾ, ਉਸ ਤੋਂ ਬਾਅਦ ਸੈਰ ਕਰਨ ਜਾਣੀ ਹੁੰਦੀ ਜਾਣਾ ਹੁੰਦਾ ਅਤੇ ਮੈਨੂੰ ਸਰਕਾਰ ਇਜਾਜ਼ਤ ਜਲਦੀ ਦੇ ਦਿੱਤਾ ਕਰਨ 'ਤੇ। ਮੈਂ ਕਿਹਾ ਯਾਰ ਇਜਾਜ਼ਤ ਵੀ ਹੋ ਜਾਏਗੀ, ਜਿਹੜੀ ਸਕਾਹ ਦੀ ਗੱਲ ਨਾ ਉਹ ਮੰਨ ਲੈ। ਉਸ ਲਿਆਕਤ ਨੇ ਬਾਤ ਆਪਣੇ ਜ਼ੇਹਨ ਪਰ ਮੈਂ ਬਿਠਾ ਲਈ ਔਰ ਬਾਤ ਮਾਨ ਲਈ ਉਸਨੇ। ਅਭੀ ਉਸਕਾ ਪੂਰਾ ਚਿਹਰਾ ਸਜਾ ਹੀ ਥਾ ਕਿ ਰੂਹ ਹੀ ਨਿਕਲ ਗਈ। ਸਕਾਮ ਵਾਲੇ ਜੇ ਜਾ ਰਹੇ ਥੇ ਗਾੜੀ ਮੇਂ ਤੋ ਕਿਸੀ ਨੇ ਕਿਹਾ ਕਿ ਹਜ਼ੂਰ ਲਿਆਕਤ ਸਾਹਿਬ। ਸਕਾਹ ਕਹਿੰਦੇ ਕਿਹੜਾ ਲਿਆਕਤ? ਹਜ਼ੂਰ ਉਹ ਤੁਹਾਡੇ ਕੋਲ ਸਵੇਰੇ ਸਵੇਰੇ ਫਜਰ ਜਿਹਨੂੰ ਆਪਨੇ ਦਾੜੀ ਦਾ ਫਰਮਾਇਆ ਤੇ ਉਹ ਅੱਛਾ ਆਪ ਗਾੜੀ ਸੇ ਉਤਰੇ ਔਰ ਉਤਰ ਕਰ ਆਪ ਜਨਾਜ਼ਾ ਪੜ੍ਹਾ ਕੇ ਫਿਰ ਦੁਬਾਰਾ ਗਾੜੀ ਵਿੱਚ। ਮੈਨੇ ਕਿਹਾ ਯੇ ਦੇਖੇ ਯੇ ਮੁਹੱਬਤ ਹੁੰਦੀ ਆ ਕਿ ਲਿਆਕਤ ਕਾ ਕਿਸਨੇ ਪੜ੍ਹਾਉਣਾ ਦਾ ਜਨਾਜ਼ਾ? ਕੋਈ ਜਨਾਬ, ਲੇਕਿਨ ਅੱਲਾਹ ਕਾ ਵਲੀ ਜਨਾਜ਼ਾ ਪੜ੍ਹਾਇਆ ਇਸ ਵਜ੍ਹਾ ਸੇ ਕਿ ਨਿਸਬਤ ਉਹ ਲੈ ਕੇ ਚਲਾ ਗਿਆ। ਅੱਲਾਹ ਸਲਾਮਤ ਰੱਖੇ, ਅੱਲਾਹ ਸਭ ਕੁਝ ਅੱਲਾਹ ਕਰੇ ਯਾਰ ਖੂਬਸੂਰਤ ਆਖਿਰ ਵਕਤ ਖੂਬਸੂਰਤ ਆ। ਇਹ ਹੈ ਕਿ ਖੂਬਸੂਰਤ ਵਕਤ ਆ ਜਾਏ। ਯੇ ਪਰਚੀਆਂ ਹੈ, ਯੇ ਪੈਸੇ ਪਰਚੀਆਂ ਹੈ, ਹਾਂ ਯੇ ਦਾਤੇ ਹੈ, ਯੇ ਸਾਰੀ ਮੁਹੱਬਤੇ ਹੈ, ਕੁਛ ਵੀ ਨਹੀਂ ਹੈ। ਮੈਂ ਇਨਕੋ ਕੁਛ ਵੀ ਨਹੀਂ ਗਿਣਤਾ, ਲੇਕਿਨ ਮੈਂ ਸਿਰਫ ਔਰ ਸਿਰਫ ਦੁਆ ਹੀ ਕਰਤਾ ਹੂੰ। ਅੱਲਾਹ ਕਰੇ ਅੱਲਾਹ ਹਮਾਰੇ ਉਲਮਾ ਕੀ ਖੈਰ ਫਰਮਾਏ। ਆਮੀਨ। ਅੱਲਾਹ ਦੇਖ ਲੇ ਕਿਸ ਜਗ੍ਹਾ ਪੇ ਪਹੁੰਚੇ ਹੋਏ ਹੈ। ਲੇਕਿਨ ਸਵਾਲ ਹੈ ਕਿ ਜਨਾਬ ਕੰਪਰੋਮਾਈਜ਼ ਕਰ ਲਏ ਕਿਸੇ ਹਜ਼ੂਰ ਕੀ ਨਾਮੂਸ ਪਰ? ਹਾਂ ਕਹਾਂ ਪਹੁੰਚੇ ਹੋਏ ਹੈ ਹਜ਼ੂਰ ਕੀ ਨਾਮੂਸ ਪਰ ਕੰਪਰੋਮਾਈਜ਼? ਅੱਲਾਹ ਵਕਤ ਕੈਸੇ ਹੋ ਸਕਤਾ ਹੈ? ਹਮਾਰਾ ਤੋ ਈਮਾਨ ਹੀ ਯਹੀ ਹੈ। ਅੱਲਾਹ ਸਲਾਮ। ਆਜ ਬੱਚੇ ਜਨਾਬ ਬੜੇ ਖਿਦਮਤ ਕਰਤੇ ਕਰਤੇ ਨਾਰੇ ਸ਼ੁਰੂ ਹੋ, ਹਾਂ ਲੱਭੇ ਯਾਰ ਸਲਾਮ ਔਰ ਨਾਰੇ ਲਗਾ ਰਹੇ ਥੇ। ਆਜ ਮੈਂ ਇਧਰ ਉਤਰਾ ਹੂੰ, ਯਹਾਂ ਪੇ ਵੀ ਲੱਭੇ ਕੇ ਨਾਰੇ। ਅੱਲਾਹ ਕਰੇ ਨਾਰੇ ਸਦਾ ਲੱਗਦੇ ਹੀ ਰਹਿਣ। ਆਮੀਨ। ਹਜ਼ੂਰ ਦੇ ਆਸ਼ਿਕ ਅੱਲਾਹ ਕਰੇ ਹਮਾਰੇ ਮੁਲਕ ਕੋ ਨੇਕ ਹੁਕਮਰਾਨ ਮਿਲ ਜਾਏ। ਆਮੀਨ। ਔਰ ਐਸੇ ਨੇਕ ਹੁਕਮਰਾਨ ਹਜ਼ੂਰ ਕੇ ਆਸ਼ਿਕ ਮਿਲੇ ਕਿ ਹਜ਼ੂਰ ਕੀ ਸ਼ਾਨ ਬਿਆਨ ਕਰਨੇ ਮੇਂ ਵੋ ਰੁਕਾਵਟ ਨਾ ਬਨੇ, ਬਲਕਿ ਵੋ ਲੋਗੋਂ ਕੋ ਫੈਸਿਲਿਟੀਜ਼ ਦੇ, ਸਹੂਲੀਅਤ ਦੇ ਕਿ ਹਜ਼ੂਰ ਕੀ ਸ਼ਾਨ ਬਿਆਨ ਕਰੋ। ਆਜ ਹਜ਼ੂਰ ਕੀ ਸ਼ਾਨ ਬਿਆਨ ਕਰਨੇ ਪਰ ਵੀ ਪਾਬੰਦੀਆਂ ਹੈ। ਉਸੀ ਨਬੀ ਨੇ ਹਮਾਰੀ ਹਾਲਤ ਪੁੱਛਣੀ ਹੈ। ਨਬੀ ਕੇ ਸਾਥ ਵਫਾ ਕਰਕੇ ਜਾਏਂਗੇ, ਦੋਨੋਂ ਜਹਾਨੋਂ ਮੇਂ ਕਾਮਯਾਬੀ ਹੈ। ਬਾਬਾ ਬੁੱਲੇ ਸ਼ਾਹ ਸਾਹਿਬ ਦੇ ਸ਼ੇਰ ਵੋ ਆਪ ਫਰਮਾਉਂਦੇ ਨੇ, ਮਿੱਟੀ ਦਾ ਤੂੰ ਮਿੱਟੀ ਹੋਣਾ ਕਾਦੀ ਬੱਲੇ ਬੱਲੇ, ਅੱਜ ਮਿੱਟੀ ਦੇ ਉੱਤੇ ਬੰਦਿਆ ਕੱਲ੍ਹ ਮਿੱਟੀ ਦੇ। ਬਸ ਇਹ ਜ਼ਿੰਦਗੀ ਹੈ। ਅੱਲਾਹ ਹਮੇਂ ਇਸ ਪਰ ਅਮਲ ਕਰਨੇ ਕੀ ਤੌਫੀਕ ਅਤਾ ਫਰਮਾਏ। ਬਾਬਾ ਫਰੂਕ ਸਾਹਿਬ, ਅੱਜ ਫਰੂਕ ਸਾਹਿਬ ਬੜੇ ਜਜ਼ਬੇ ਕੇ ਸਾਥ, ਬੜੀ ਮੁਹੱਬਤ ਕੇ ਸਾਥ ਮੁਝੇ, ਮੈਂ ਬਾਬੇ ਸੇ ਵੀ ਡਰਤਾ ਹੂੰ, ਬਾਬੇ ਜੀ ਕਾ ਅਬਦੁਲ ਗਫੂਰ, ਬਾਬੇ ਜੀ ਕਾ ਜਲਾਲ ਸੇ ਵੀ ਡਰਤਾ ਹੂੰ। ਇਸ ਲਈ ਕਿ ਬਾਬਾ ਜੀ ਮੁਝੇ ਕਹਤੇ ਹੈ ਕਿ ਹਜ਼ੂਰ ਉਹ ਮਹਿਫਲ ਜਿਹੜੀ ਹੈ ਨਾ ਰੱਖੋ ਨਾ, ਮਹਿਫਲ ਲੇਟ ਹੋ ਰਹੀ ਹੈ। ਮੈਂ ਕਹਤਾ ਹੂੰ ਯਾਰ ਇਹ ਠੀਕ ਹੈ। ਹਾਂ ਬਾਬਾ ਜੀ ਮਹਿਫਲ ਬੜਾ ਸ਼ੌਕ ਹੁੰਦਾ ਹੈ, ਅੱਲਾਹ ਕਰੇ ਮਹਿਫਲ ਹੋ। ਅੱਲਾਹ ਬਾਬਾ ਜੀ ਕੋ ਸਿਹਤ ਆ ਫਰਮਾਏ, ਅੱਲਾਹ ਇਨਕੀ ਨੇਕ ਖਾਹਿਸ਼ਾਤ ਪੂਰੀ ਫਰਮਾਏ, ਇਨਕੇ ਬੱਚੇ ਆ ਕੇ ਪੋਤੜੇ ਅੱਲਾਹ ਕਰੇ ਉਹ ਵੀ ਦੀਨ ਕਾ ਕੰਮ ਕਰੇ ਜੀ। ਮਾਸ਼ਾ ਅੱਲਾਹ ਬੱਚੇ ਨੇ ਹਿਫਾਜ਼ਤ ਵੀ ਕਰ ਲਿਆ ਜੀ, ਅੱਲਾਹ ਉਨਕੇ ਇਲਮ ਅਮਲ ਮੇਂ ਇਜ਼ਾਫਾ ਕਰ। ਬਾਬਾ ਜੀ ਕੁਛ ਮਹਿਫਲ ਕੇ ਬਾਰੇ ਮੇਂ ਅਨਾਊਂਸ ਵੀ ਕਰਤੇ ਹੈਂ ਅਗਲੀ ਨੈਕਸਟ ਜੀ ਵੋ ਦੂਸਰਾ ਹਫਤਾ ਜੋ ਹੈ ਜੀ ਵੋ ਜੋ ਵੀ ਠੀਕ ਹੈ ਬੱਚੇ ਮਹਿਫਲ ਹੈ ਉਹ ਮਾਰਚ ਕੇ ਦੂਸਰੇ ਹਫਤੇ 9/3/2019 ਮੇਂ ਆਪ ਲੋਗੋਂ ਸੇ ਗੁਜ਼ਾਰਿਸ਼ ਹੈ ਕਿ ਆਪ ਚੌਂਕਾ ਜੋ ਪਾਏ ਔਰ ਇਹ ਇੱਕ ਐਸੀ ਜਗ੍ਹਾ ਹੈ, ਐਸੀ ਮਹਿਫਲ ਹੈ ਜੋ ਜ਼ਿੰਦਗੀ ਮੇਂ ਆਪ ਕਹੀਂ ਸੇ ਵੀ ਨਹੀਂ ਮਿਲੇ। ਤੋ ਇਹ ਬੜੇ ਕੀਮਤੀ ਲਮਹਾਦ ਹੈ, 9 ਮਾਰਚ ਕੋ ਯਾਦ ਰੱਖੇ। ਅਗਲਾ ਮੇਰੀ ਮਹਿਫਲ ਜੋ ਹੈ ਤੋ 9 ਮਾਰਚ ਕੋ ਹੋਗੀ। ਆਪ ਸਭ ਤਸ਼ਰੀਫ ਨਾ ਆਏ, ਆਪਣੇ ਦੋਸਤੋਂ ਕੋ ਵੀ ਦਾਵਤ ਦੇ, ਜਿਤਨੇ ਦੋਸਤੋਂ ਕੋ ਆਪ ਸਾਥ ਲੈ ਕੇ ਆਵਾਂਗੇ ਉਨਕੋ ਵੀ ਸਵਾਬ ਮਿਲੇਗਾ ਔਰ ਉਸਕਾ ਸਵਾਬ ਆਪਕੋ ਵੀ ਮਿਲੇਗਾ। ਤੋ ਇਹ ਐਸੀ ਮਹਿਫਲ ਹੈ ਕਿ ਜੇ ਆਜ ਹਮੇਂ ਇਸਕਾ ਅੰਦਾਜ਼ਾ ਨਹੀਂ ਹੈ, ਅੰਦਾਜ਼ਾ ਉਸ ਵਕਤ ਲੱਗੇਗਾ ਜਬ ਹਮ ਅਮਲੀ ਜਹਾਂ ਮੇਂ ਜਾਏਂਗੇ। ਇਸਕਾ ਫਾਇਦਾ ਦੁਨੀਆ ਮੇਂ ਵੀ ਹੈ ਔਰ ਆਖਿਰ ਮੇਂ ਵੀ ਹੈ। ਆਪਣੇ ਦੋਸਤੋਂ ਕੋ ਵੀ ਅਗਾਹ ਕਰੇ, ਆਪ ਵੀ ਆਏ, ਦੋਸਤੋਂ ਕੋ ਲਾਏ। 9 ਮਾਰਚ ਕੋ ਨੈਕਸਟ ਜੋ ਹੈ ਮੁਨਕਦ ਹੋਗੀ। ਆਪ ਲੋਕੋਂ ਸੇ ਦਰਖਾਸਤ ਹੈ ਕਿ ਆਪ ਤਸ਼ਰੀਫ ਨਾ ਆਏ ਔਰ ਮਹਿਫਲ ਕੇ ਲੋਕ ਫਰਮਾਏ ਔਰ ਸੱਚਾ ਔਰ ਸਮਾਵੇ ਦਾਇਰ ਜਾਏ ਸਾਰਾ ਜਾਨਵਾਰਾ ਜਾਏ ਜੀ ਤੁਮਰੋ।
وانصر علينا صدرا وثبت اقدامنا وانصرنا على القوم الكافرين ربنا تقبل منا انك انت السميع العليم وتب علينا انك انت التواب الرحيم يا رب العالمين. جو کلام پاک جو ذکر اذکار جو محفل پاک چنا فانی ہوئی اپنی بارگاہ میں قبول و منظور فرما اس کا ثواب حضور نبی کریم صلی اللہ علیہ وآلہ وسلم کی بارگاہ بے قسم نام ہدیہ تن تحفہ تن نذرانہ تن پیش کرتے ہیں قبول و منظور فرما. حضور صلی اللہ علیہ وسلم کے وسیلہ جلیلہ سے جمیع انبیاء المرسلین کی روایت مقدسہ کو پیش کرتے ہیں قبول و منظور فرما. حضور صلی اللہ علیہ وسلم کے والدین رضائی والدین آپ کے ازواج مطہرات سردارے سرداریاں نواسے نواسیاں تمام اہل بیت الاقدام صحابہ کرام صحابیات تابعین تابعیات تبع تابعین تبع تابعیات تمام شہداء کرام علماء کرام صحابہ اعظم محدثین مفسرین کی روایت مقدسہ کو پیش کرتے ہیں قبول و منظور فرما. بالخصوص سلسلہ عالیہ نقشبندیہ چشتیہ قادریہ سہروردیہ بلکہ تمام سلاسل کے تمام مسلمان دین کو سلسلہ کو سلسلہ سبا پیش کرتے ہیں قبول و منظور فرما. بالخصوص قیوم تمام محبوب سبحان مجدد سیاد ابو حبیب حضرت اخوندزادہ سید الرحمان کی رجی مبارک دامن برکات و اقبال کے والدین علی رشتہ دار مسلم کے بارے میں قصہ کو پیش کرتے ہیں قبول و منظور فرما. بالخصوص سیدی و مرشدی و والدی ابو العاص حضرت میاں محمد حنفی سیفی دامن برکات و اقبال کے والدین دادا دادی نانا نانی علی رشتہ دار مسلم کے بارے میں قصہ کو پیش کرتے ہیں قبول و منظور فرما. حاضرین محفل جو دعا کر رہے ہیں یا اللہ جن کے والدین عزیز و قارب دنیا پانی سے رخصت ہوئے ہیں یا اللہ ان کو بھی ثواب عطا فرما. جن کے پیچھے پڑھنے والے بخشنے والے ہاتھ اٹھانے والے کلام بھیجنے والے نہیں یا اللہ ان کو بھی ثواب عطا فرما. یا رب العالمین جس مقصد کے لیے پیدا کیا اس میں ہمیں کامیابیاں عطا فرما. یا رب العالمین جو بھی بیمار ہیں ان کو اسے کامل عاجزہ عطا فرما. بالخصوص صاحبزادگان کو کلی صحت عطا فرما. ہمارے جو مرشد کو دراز عمر عطا فرما. ہمارے والدین کو صغیرہ کبیرہ گناہ معاف فرما. اس محفل میں جنہوں نے جانی مالی حصہ ڈالا ان کو صلہ عطا فرما. ان کی جو جاننا والوں سے جو محروم ہیں نیک صالح اولادیں عطا فرما. جن کی اولادیں نیک نہیں ہیں یا اللہ ان کو نیک سوچ عطا فرما. جب اللہ کو ذکر سے محروم ہے ان کو ذکر کی دولت نصیب فرما. جو کمی کرتے ہیں کثرت ذکر کرنے کی توفیق عطا فرما. شیطان کے حملوں سے محفوظ فرما. حاسدین کے حسد سے منافقین کی منافقت سے دور فرما. ہر قسم کے شر سے محفوظ فرما. ہمارے علماء کی خیر فرما. آج کے رسول عمران ہمیں عطا فرما. جہاں ظلم ہو رہا ہے مسلمانوں کو فتح نصیب فرما. کفار کو نیست و نبود فرما. اسیران ختم نبوت کی خیر فرما. بالخصوص قاسم حسین رضوی صاحب کی خیر فرما. رب العالمین جو بھی عاشق جس جدھر بھی بیٹھا ہے حضور کی یا اللہ عاشق ہے یا اللہ اس کی خیر فرما. میلاد کرانے والے محفلیں کرانے والے یا اللہ جلسے جلوس کرانے والے جدھر بھی حضور کے دیوانے ہیں ان سب کی خیر فرما. رب العالمین جو بھی نیک خواہشات ہیں آپ دلوں میں لے کے بیٹھے ہیں یا اللہ ان کی نیک خواہشات پوری فرما. یا اللہ جو پریشانی ہے دور فرما. جو بیماری ہے دور فرما. اپنا خاص کرم خاص فضل فرما. یا رب العالمین ہم سب کی حاضری قبول و منظور فرما. جو بیان کیا جو گفتگو ہوئی یا اللہ ہم سب کو اس پر عمل کرنے کی توفیق عطا فرما. اللہم مالک الملک تؤتی الملک من تشاء وتنزع الملک ممن تشاء وتعز من تشاء وتذل من تشاء بيدك الخير انك على كل شيء قدير. بالخصوص صوفی لیاقت صاحب مرحوم دنیا پانی سے رخصت ہوئے ہیں اور صوفی جمیل صاحب دنیا پانی سے رخصت ہوئے ہیں. صوفی نصیر صاحب دنیا پانی سے رخصت ہوئے ہیں. یا اللہ جتنے بھی احباب جتنے بھی دوست دنیا پانی سے رخصت ہوئے ہیں ان کی اگلی زندگی آسان فرما. ان کی بخشش و مغفرت فرما. بخشش و مغفرت فرما. اللہم انا نجعلک فی نحورہم ونعوذ بک من شرورہم. اللہم انا نجعلک فی نحورہم ونعوذ بک من شرورہم. اللهم انا نجعلك في نحورهم ونعوذ بك من شرورهم. وصلى الله تعالى على خير خلقه محمد وعلى اله وصحبه وسلم عليه ورحمه الله. یار جن کی داڑھی نہیں ہے وہ خدمت نہ دیا کریں. ہم بار بار اعلان کرتے ہیں بچے خدمت نہ کیا کریں. سرکار مبارک بچوں سے خدمت نہیں لیتے. آپ منع فرماتے ہیں ماتھے لگانے سے منع فرماتے ہیں. یہ ساتھ ساتھ بتانا پڑتا ہے اور نئے ساتھیوں کو پھر دوبارہ بتانا پڑتا ہے. تو یہ اعلان کر دو ماتھا بھی نہ لگائیں بچے چھوٹے خدمت نہ کریں. جو دوست صفحہ کرتے ہیں جو نبالغ بچے
صاحب کے چہروں پہ بھی داڑیاں نہیں ہوئی، وہ غور سے سنے، وہ صرف مصافہ کریں، آنکھیں اور ماتھا نہ لگائیں۔ یہاں عبادت نماز عشاء میں ذکر ہوتی ہے، جو دو سال بعد ہفتے والے دن ہفتے والے دن عبادت نماز عشاء ہر ہفتے یہ پودے ابھی کام کر رہے ہیں۔